ਦੇ ਵਿੱਚ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਹੈ। ਦੋ ਪਰਿਵਾਰ ਉਜੜ ਗਏ, 10 ਵਿਅਕਤੀਆਂ ਦੀ ਮੌਤ ਹੋਈ ਹੈ। ਕੀ ਕਹਿਣਾ ਚਾਹੁੰਦੇ ਹੋ, ਸਰਕਾਰ ਨੇ ਵੀ ਐਲਾਨ ਕੀਤਾ ਕੁਛ? ਬਹੁਤ ਦੁੱਖ ਦੀ ਗੱਲ ਆ ਕਿ ਕੱਲ੍ਹ ਮੇਰੇ ਹਲਕਾ ਚੱਬੇਵਾਲ ਦੇ ਪਿੰਡ ਜੇਜੋਂ ਦੇ ਵਿੱਚ 10 ਵਿਅਕਤੀਆਂ ਦੀ ਜੋ ਦਰਦਨਾਕ ਮੌਤ ਹੋਈ ਆ, ਬਹੁਤ ਦੁੱਖ ਦੀ ਗੱਲ ਆ। ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ, ਜਿੰਨੇ ਵੀ ਸਾਰੇ ਸੂਝਵਾਨ ਆ, ਕਿ ਆਹ ਜਿਹੜੇ ਦਿਨ ਚੱਲ ਰਹੇ ਆ, ਬਰਸਾਤਾਂ ਦੇ ਦਿਨ ਆ, ਹੜ੍ਹਾਂ ਦੇ ਦਿਨ ਆ, ਇਹਦੇ ਵਿੱਚ ਆਪਾਂ ਆਪਣੀ ਸਮਝਦਾਰੀ ਤੋਂ ਕੰਮ ਲਈਏ। ਪਾਣੀ ਦਾ ਵਹਾਅ ਤੇਜ਼ ਦੇਖ ਕੇ ਉੱਥੋਂ ਆਪਾਂ ਨਾ ਲੰਘੀਏ। ਔਰ ਜੋ ਕੱਲ੍ਹ ਦੀ ਘਟਨਾ ਵਾਪਰੀ ਆ, ਉਹਨਾਂ ਨੇ ਦੋ ਸਟੇਟਾਂ ਨੂੰ ਹਿਲਾ ਕੇ ਰੱਖ ਦਿੱਤਾ, ਹਿਮਾਚਲ ਔਰ ਪੰਜਾਬ ਨੂੰ। ਔਰ ਇਸ ਗੱਲ ਨੂੰ ਦੇਖਦੇ ਹੋਏ ਮਾਣਯੋਗ CM ਭਗਵੰਤ ਸਿੰਘ ਮਾਨ ਜੀ ਨੇ ਦੋਨਾਂ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇ ਐਲਾਨ ਵੀ ਕੀਤੇ ਔਰ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਔਰ ਕੱਲ੍ਹ ਸਾਡਾ ਸਾਰਾ ਪ੍ਰਸ਼ਾਸਨ ਉੱਥੇ ਮੌਜੂਦ ਸੀ, NDRF ਦੀ ਟੀਮ ਵੀ ਉੱਥੇ ਮੌਜੂਦ ਸੀ। ਇੱਕ ਵਿਅਕਤੀ ਜੋ ਬਚਿਆ ਉਹਨਾਂ ਦੇ ਵਿੱਚ, ਅਸੀਂ ਉਹਨਾਂ ਨੂੰ ਕੱਲ੍ਹ ਮਿਲਣ ਵੀ ਜਾ ਰਹੇ ਹਾਂ, ਪਰਿਵਾਰ ਨੂੰ ਵੀ ਮਿਲਣ ਜਾ ਰਹੇ ਹਾਂ। ਔਰ ਬਹੁਤ ਦੁੱਖ ਦੀ ਗੱਲ ਆ, ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚ ਉਸ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ। ਜੋ ਵੀ ਹੋਰ ਸਹਾਇਤਾ ਹੁੰਦੀ ਹੋਈ ਆਪਾਂ ਜ਼ਰੂਰ ਉੱਥੇ ਦੇ ਕੇ ਵੀ ਆਵਾਂਗੇ। ਔਰ ਜੋ ਲੋਕਾਂ ਦੀ ਮੰਗ ਆ, ਉੱਥੇ ਜੋ ਮੇਨ ਮੰਗ ਨਿਕਲ ਕੇ ਆਈ ਆ ਕਿ ਪੁਲ ਬਣਨਾ ਚਾਹੀਦਾ, ਅਤੇ CM ਸਾਹਿਬ ਨੂੰ ਆਪਾਂ ਬੇਨਤੀ ਵੀ ਕਰ ਰਹੇ ਹਾਂ। ਮੈਂ ਆਪ ਖਾਸ ਤੌਰ 'ਤੇ ਜਾ ਕੇ ਵੀ ਇਸ ਗੱਲ ਲਈ ਆਪਾਂ ਬੇਨਤੀ ਕਰਾਂਗੇ ਕਿ ਉੱਥੇ ਇੱਕ ਪੁਲ ਬਣ ਜਾਵੇ, ਤਾਂ ਅੱਗੇ ਤੋਂ ਇਹ ਜਾਨੀ ਮਾਨੀ ਨੁਕਸਾਨ ਨਾ ਹੋਵੇ। We at GNA University see potential in everyone and everything around us. We drive innovation and entrepreneurship. We groom competent global citizens to affect positive change around them.